ਜਿੱਥੇ ਇੱਕ ਪਾਸੇ ਹੁਣ ਗੱਲਾਂ ਚੱਲ ਰਹੀਆਂ ਆਪਾਂ ਦੇਖ ਰਹੇ ਹਾਂ, ਖੁੱਲ੍ਹਾ ਮੰਨ ਰਹੇ ਹਾਂ ਅਮਰੀਕਾ ਕੈਨੇਡਾ ਦੇ ਵਿੱਚ ਕਿ ਹੌਲੀ ਹੌਲੀ ਜਿਹੜੀ ਜ਼ਿੰਦਗੀ ਆ ਉਹ ਨੋਰਮਲ ਹੋ ਰਹੀ ਆ, ਮੁੜ ਕੇ ਸਾਰਾ ਕੁਛ ਉਹੀ ਕੁਛ ਹੋਣ ਲੱਗ ਪਿਆ ਜਿਹਦੀ ਅਸੀਂ ਤਵੱਕੋ ਰੱਖਦੇ ਸੀ। ਵਿਆਹ ਸ਼ਾਦੀਆਂ ਸ਼ੁਰੂ ਹੋ ਗਈਆਂ, ਧਾਰਮਿਕ ਸਥਾਨਾਂ ਦੇ ਉੱਤੇ ਇਕੱਠ ਹੋਣੇ ਜਿਹੜੇ ਆ ਉਹ ਸ਼ੁਰੂ ਹੋ ਗਏ, ਲੋਕ ਆਉਣ ਜਾਣ ਲੱਗ ਪਏ ਆ, ਬਾਹਰ ਜਾ ਕੇ ਘੁੰਮਣ ਫਿਰਨ ਲੱਗੇ ਆ, ਖਾਣ ਪੀਣ ਲੱਗੇ ਆ। ਇਹ ਸਾਰਾ ਜਿਹੜਾ ਇਸ ਕਰਕੇ ਹੋ ਸਕਿਆ ਕਿ ਸਭ ਨੂੰ ਲੱਗਾ ਕਿ ਸਾਡੇ ਹੁਣ ਟੀਕੇ ਲੱਗ ਚੁੱਕੇ ਆ, ਜੇ ਦੋ ਟੀਕੇ ਨਹੀਂ ਲੱਗੇ ਤਾਂ ਘੱਟੋ ਘੱਟ ਇੱਕ ਟੀਕਾ ਲੱਗਾ ਹੋਇਆ ਅਤੇ ਹੁਣ ਕਰੋਨਾ ਤੋਂ ਸਾਡਾ ਜਿਹੜਾ ਬਚਾਅ ਰਹਿਣਾ ਆ। ਹੁਣ ਇਹ ਤਾਜ਼ਾ ਖਬਰਾਂ ਆ ਰਹੀਆਂ ਉਹ ਇਹ ਨੇ ਕਿ ਸ਼ਾਇਦ ਤੀਜੇ ਟੀਕੇ ਦੀ ਵੀ ਲੋੜ ਪਵੇ। ਤੀਜਾ ਟੀਕਾ ਜਿਹੜਾ ਆ ਉਹ ਦੱਸਿਆ ਜਾ ਰਿਹਾ ਆ ਕਿ ਫਲੂ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਜਿਹੜਾ ਆ ਲਾਉਣਾ ਪਊਗਾ। ਇਹਦੇ ਸੰਬੰਧੀ ਫਾਈਜ਼ਰ ਜਿਹੜੀ ਬਾਇਓਟੈਕ ਕੰਪਨੀ ਆ ਉਹਨਾਂ ਨੇ FDA ਅਮਰੀਕਨ ਜਿਹੜੀ ਆ ਜਿਹਨੂੰ ਕਿ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਕਹਿੰਦੇ ਆ, ਉਹਨਾਂ ਦੇ ਕੋਲ ਇਹ ਤੀਜੇ ਸ਼ੋਟ ਲਈ ਮਨਜ਼ੂਰੀ ਮੰਗੀ ਆ, ਜਿਹਨੂੰ ਕਿ ਬੂਸਟਰ ਡੋਜ਼ ਵੀ ਕਿਹਾ ਜਾ ਰਿਹਾ। ਉਹ ਕਹਿੰਦੇ ਵੀ ਇਹ ਲਾਜ਼ਮੀ ਆਪਾਂ ਨੂੰ ਲੋੜ ਪੈਣੀ ਆ, ਕਿਉਂਕਿ ਜਿਹੜੇ ਟੀਕੇ ਹੈਗੇ ਆ ਇਹ ਪਹਿਲਾ ਅਤੇ ਦੂਜਾ ਟੀਕਾ ਜਿਹੜੇ ਰੈਗੂਲਰ ਕੋਵਿਡ ਵੇਰੀਐਂਟ ਸੀ ਉਹਨਾਂ ਉੱਤੇ ਬਹੁਤ ਵਧੀਆ ਅਸਰ ਕਰਦੇ ਸੀਗੇ, ਪਰ ਜਿਹੜਾ ਡੈਲਟਾ ਵੇਰੀਐਂਟ ਆ ਰਿਹਾ ਆ ਉਹਦੇ ਬਾਰੇ ਅੱਡ ਅੱਡ ਰਿਪੋਰਟਾਂ ਆ ਰਹੀਆਂ। ਕੁਝ ਰਿਪੋਰਟਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ 90% ਤੱਕ ਅਸਰਦਾਰ ਨੇ ਟੀਕੇ, ਕੁਝ ਵਿੱਚ ਕਿਹਾ ਜਾ ਰਿਹਾ ਕਿ ਸਿਰਫ 60% ਹੀ ਆ, ਅਤੇ ਡੈਲਟਾ ਵੇਰੀਐਂਟ ਵੀ ਗਾਹਾਂ ਵਿਗੜ ਕੇ ਹੋਰ ਡੈਲਟਾ ਪਲੱਸ ਅਤੇ ਲੈਮਡਾ ਵਗੈਰਾ ਬਣ ਰਹੇ ਆ। ਇਸ ਕਰਕੇ ਕਹਿੰਦੇ ਵੀ ਤੀਜੇ ਟੀਕੇ ਦੀ ਸ਼ਾਇਦ ਲੋੜ ਪੈਣੀ ਆ, ਇਸ ਕਰਕੇ ਹੁਣੇ ਕੈਨੇਡਾ ਅਮਰੀਕਾ ਸਰਕਾਰਾਂ ਇਸ ਗੱਲ ਦੀ ਤਿਆਰੀ ਕਰ ਲੈਣ ਕਿ ਤੀਜੇ ਟੀਕੇ ਵਾਸਤੇ ਪ੍ਰਬੰਧ ਹੋ ਜਾਣ। ਸੋ ਇਸ ਵਾਸਤੇ ਬਕਾਇਦਾ ਜਿਹੜੀ ਫਾਈਜ਼ਰ ਵੱਲੋਂ ਜਿਹੜੀ ਡਰੱਗ ਨਿਰਮਾਤਾ ਕੰਪਨੀ ਆ ਉਹਨਾਂ ਨੇ ਇਹ ਅਮਰੀਕਨ FDA ਨੂੰ ਅਪੀਲ ਕੀਤੀ ਆ, ਅਤੇ ਉਹ ਕਹਿੰਦੇ ਵੀ ਦੋ ਡੋਜ਼ ਲੈਣ ਤੋਂ ਬਾਅਦ ਵੀ 6 ਮਹੀਨੇ ਬਾਅਦ ਕਰੋਨਾ ਇਨਫੈਕਸ਼ਨ ਜਿਹੜੀ ਉਹਦਾ ਖਤਰਾ ਬਣਿਆ ਹੋਇਆ ਆ। ਹੁਣ ਫਾਈਜ਼ਰ ਨੇ ਜਦੋਂ ਇਹ ਬਿਆਨ ਦਿੱਤਾ ਉਦੋਂ ਕੁਝ ਘੰਟੇ ਪਹਿਲਾਂ ਹੀ FDA ਨੇ ਅਤੇ ਅਮਰੀਕਨ ਸੈਂਟਰ ਫੋਰ ਡਿਜ਼ੀਜ਼ ਕੰਟਰੋਲ ਨੇ ਇੱਕ ਸਾਂਝਾ ਬਿਆਨ ਦਿੱਤਾ ਸੀਗਾ ਕਿ ਅਮਰੀਕਨਾਂ ਨੂੰ ਹਾਲ ਦੀ ਘੜੀ ਤੀਜੇ ਸ਼ੋਟ ਦੀ ਬੂਸਟਰ ਡੋਜ਼ ਦੀ ਲੋੜ ਨਹੀਂ ਹੈਗੀ। ਪਰ ਨਾਲ ਹੀ ਫਿਰ ਹੁਣ ਫਾਈਜ਼ਰ ਜਿਹੜੀ ਟੀਕੇ ਬਣਾਉਣ ਵਾਲੀ ਕੰਪਨੀ ਆ ਉਹਨੇ ਇਹ ਵਿਚਾਰ ਪੇਸ਼ ਕਰ ਦਿੱਤੇ ਆ ਕਿ ਨਹੀਂ ਤੁਹਾਨੂੰ ਲੋੜ ਜਿਹੜੀ ਆ ਉਹ ਪੈਣੀ ਆ। ਸੋ ਫਰਾਂਸ ਦੇ ਵਿੱਚ ਇੱਕ ਰੀਸਰਚ ਹੋਈ ਆ, ਉਹਦੇ ਵਿੱਚ ਵੀ ਇਹੀ ਗੱਲ ਕਹੀ ਗਈ ਆ ਕਿ ਜਿਹੜੇ ਇਹ ਟੀਕੇ ਆ ਚਾਹੇ ਉਹ ਫਾਈਜ਼ਰ ਆ ਚਾਹੇ ਜੌਨਸਨ ਐਂਡ ਜੌਨਸਨ ਆ ਮੋਡਰਨਾ ਆ ਜਾਂ ਐਸਟਰਾਜ਼ੈਨਿਕਾ ਆ ਲੋਕਾਂ ਨੂੰ ਬਚਾਉਂਦੇ ਆ। ਇਹਦੇ ਨਾਲ ਜਿਹੜੀ ਆ ਤੁਹਾਡੀ ਐਂਟੀਬੋਡੀਜ਼ ਹੋਰ ਬਣ ਜਾਂਦੀਆਂ ਆ ਅਤੇ ਲੋਕ ਜਿਹੜੇ ਆ ਉਹ ਕਰੋਨਾ ਤੋਂ ਬਚ ਸਕਦੇ ਆ। ਪਰ ਕਹਿੰਦੇ ਜਿਹੜਾ ਡੈਲਟਾ ਵੇਰੀਐਂਟ ਆ ਉਹ ਬਹੁਤ ਖਤਰਨਾਕ ਆ, ਅਤੇ ਕੁਝ ਰੀਸਰਚਸ ਦੇ ਵਿੱਚ ਦੇਖਿਆ ਗਿਆ ਆ ਕਿ ਇਹ ਪੂਰੀ ਤਰ੍ਹਾਂ ਜਿਹੜਾ ਆ ਟੀਕਿਆਂ ਦੀ ਮਾਰ ਦੇ ਹੇਠ ਨਹੀਂ ਆਉਂਦਾ। ਅਤੇ ਉਹ ਕਹਿੰਦੇ ਵੀ ਜਦੋਂ ਆਪਾਂ ਇਹ ਸੋਚ ਰਹੇ ਹਾਂ ਕਿ ਇੱਕ ਟੀਕਾ ਲਵਾਉਣ ਵਾਲੇ ਲੋਕ ਜਿਹੜੇ ਆ ਉਹਨਾਂ ਨੂੰ ਫਿਰ ਡੈਲਟਾ ਵੇਰੀਐਂਟ ਘੇਰ ਸਕਦਾ ਹੈ, ਜਿਨ੍ਹਾਂ ਦੇ ਦੋ ਟੀਕੇ ਲੱਗੇ ਹੋਏ ਆ ਉਹਨਾਂ ਦੇ ਬਹੁਤ ਚਾਂਸ ਹੈ ਉਹਨਾਂ ਨੂੰ ਨਹੀਂ ਹੋ ਸਕਦਾ, ਅਤੇ ਜਿਹੜਾ ਤੀਜਾ ਟੀਕਾ ਜੇ ਲੱਗ ਜਾਵੇ ਫਿਰ ਤਾਂ ਬਿਲਕੁਲ ਹੀ ਕੰਟਰੋਲ ਹੋ ਜਾਣਾ ਆ। ਪਰ ਉਹ ਕਹਿੰਦੇ ਬਹੁਤ ਸਾਰੇ ਲੋਕ ਅਜਿਹੇ ਨੇ ਕੈਨੇਡਾ ਅਮਰੀਕਾ ਦੇ ਵਿੱਚ ਜਿਨ੍ਹਾਂ ਨੇ ਕਿ ਇੱਕ ਟੀਕਾ ਵੀ ਨਹੀਂ ਲਵਾਇਆ। ਸੋ ਬਹੁਤ ਵੱਡੀ ਪਾਪੂਲੇਸ਼ਨ ਅਮਰੀਕਾ ਦੇ ਵਿੱਚ ਖਾਸ ਕਰਕੇ ਅਜਿਹੀ ਆ ਜਿੱਥੇ ਕਿ ਖਾਸ ਕਰਕੇ ਮਿਡ ਵੈਸਟ ਦੇ ਵਿੱਚ ਲੋਕ ਟੀਕਾ ਲਵਾਉਣ ਤੋਂ ਨਾ ਕਰ ਰਹੇ ਆ, ਉਹਨਾਂ ਲੋਕਾਂ ਦਾ ਕਹਿੰਦੇ ਡਰ ਬਣਿਆ ਹੋਇਆ ਆ। ਹੁਣ ਜਿਹੜੇ ਉਹ ਲੋਕ ਆ ਉਹ ਇਹ ਕਹਿ ਰਹੇ ਆ ਕਿ ਸਰਕਾਰਾਂ ਸਾਨੂੰ ਬੇਵਜ੍ਹਾ ਡਰਾ ਰਹੀਆਂ ਆ, ਇਹ ਟੀਕੇ ਜਿਹੜੇ ਸਰ ਪੈਸਾ ਬਣਾਉਣ ਦਾ ਸਾਧਨ ਆ, ਸਾਡੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਦੇ ਆ, ਸਾਡਾ ਕੁਦਰਤੀ ਜਿਹੜਾ ਇਮਿਊਨ ਸਿਸਟਮ ਆ ਉਹਨੂੰ ਖਰਾਬ ਕਰਨਗੇ, ਅਸੀਂ ਤਾਂ ਨਹੀਂ ਲਵਾ ਰਹੇ। ਪਰ ਸਰਕਾਰਾਂ ਜਿਵੇਂ ਹੁਣ ਪ੍ਰਚਾਰ ਕਰ ਰਹੀਆਂ, ਟੀਕੇ ਬਣਾਉਣ ਵਾਲੀਆਂ ਕੰਪਨੀਆਂ ਪ੍ਰਚਾਰ ਕਰ ਰਹੀਆਂ, ਰਿਸਰਚਸ ਆ ਰਹੀਆਂ, ਉਹ ਇਹ ਸ਼ੋਅ ਕਰ ਰਹੀਆਂ ਵੀ ਇਹ ਲੋਕ ਜਿਹੜੇ ਆ ਇਹ ਮਰਵਾਉਣਗੇ, ਇਹਨਾਂ ਨੇ ਗਾਂਹ ਜਾ ਕੇ ਫਿਰ ਬਿਮਾਰ ਹੋਣਾ ਆ, ਇਹਨਾਂ ਨੇ ਗਾਂਹ ਫਿਰ ਕਰੋਨਾ ਫੈਲਾਉਣਾ ਆ, ਇਹਨਾਂ ਦੀਆਂ ਮੌਤਾਂ ਹੋਣੀਆਂ, ਇਸ ਕਰਕੇ ਜਿਹੜਾ ਆ ਇਹਨਾਂ ਨੂੰ ਸੁਣਨੀ ਚਾਹੀਦੀ ਆ। ਸੋ ਇੱਕ ਲਗਾਤਾਰ ਜਿਹੜਾ ਟਕਰਾਅ ਵਾਲੀ ਗੱਲ ਜਿਹੜੀ ਆ ਇੱਥੇ ਚੱਲ ਰਹੀ ਆ। ਪਰ ਇੱਕ ਗੱਲ ਜਿਹੜੀ ਆ ਉਹ ਇਹ ਸਾਰੇ ਕਹਿ ਰਹੇ ਆ ਕਿ ਸੈਕਿੰਡ ਡੋਜ਼ ਜਿਹੜੀ ਆ ਲਵਾਉਣ ਤੋਂ ਬਾਅਦ ਕਾਫੀ ਜਿਹੜਾ ਇਮਿਊਨ ਸਿਸਟਮ ਆ ਉਹ ਤਕੜਾ ਹੋ ਜਾਂਦਾ ਆ ਜਿਹਨਾਂ ਲੋਕਾਂ ਨੂੰ ਕਰੋਨਾ ਹੋ ਚੁੱਕਾ ਆ, ਅਤੇ ਉੱਤੋਂ ਉਹਨਾਂ ਨੇ ਹੁਣ ਦੋ ਟੀਕੇ ਵੀ ਲਵਾ ਲਏ ਆ, ਉਹਨਾਂ ਦਾ ਬਹੁਤ ਜ਼ਿਆਦਾ ਚਾਂਸ ਆ ਕਿ ਉਹਨਾਂ ਨੂੰ ਮੁਰਗੇ ਕਰੋਨਾ ਜਿਹੜਾ ਆ ਨਹੀਂ ਹੋ ਸਕਦਾ, ਕਿਉਂਕਿ ਕੁਦਰਤੀ ਵੀ ਐਂਟੀਬੋਡੀਜ਼ ਬਣ ਚੁੱਕੀਆਂ ਸਰੀਰ ਦੇ ਵਿੱਚ, ਅਤੇ ਜਿਹੜੇ ਵੈਕਸੀਨੇਸ਼ਨ ਆ ਉਹ ਵੀ ਹੋ ਚੁੱਕੀ ਆ। ਸੋ ਇੱਕ ਹੁਣ ਲਗਾਤਾਰ ਜਿਹੜੀ ਖਿੱਚਮ ਖਿੱਚ ਚੱਲ ਰਹੀ ਆ ਟੀਕਾ ਲਵਾਉਣਾ ਆ ਕਿ ਨਹੀਂ ਲਵਾਉਣਾ, ਖਾਸ ਕਰਕੇ ਅਮਰੀਕਾ ਦੇ ਵਿੱਚ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।